ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਸੋਹਣੇ ਅਤੇ ਪਿਆਰੇ ਦਾ ਅਗਲਾ ਅੰਕ ਪਿਆਰ ਇੱਕ ਸੱਜਰਾ ਤੇ ਨਿਰੋਅ ਅਨੁਭਵ ਹੁੰਦਾ ਹੈ ਇਸੇ ਕਰਕੇ ਦਾ ਨਰੋਈ ਉਮਰ ਜਾਂ ਜਵਾਨੀ ਨਾਲ ਸੰਬੰਧ ਹੈ ਜਵਾਨੀ ਇਸ ਲਈ ਮਸਤਾਨੀ ਹੁੰਦੀ ਹੈ ਕਿਉਂਕਿ ਜਵਾਨੀ ਉਤੇ ਪਰੰਪਰਾਵਾਂ ਦੇ ਬੰਧਨ ਨਹੀਂ ਹੁੰਦੇ ਤਜਰਬੇ ਦਾ ਬੋਝ ਨਹੀਂ ਹੁੰਦਾ ਯਥਾਰ ਦੀ ਗਰੂਪਤਾ ਨਹੀਂ ਹੁੰਦੀ ਬੀਤੇ ਦੀਆਂ ਨਫ਼ਰਤਾਂ ਬਦਲੇ ਦੀ ਭਾਵਨਾ ਤੇ ਪਿੱਛੇ ਖਿੱਚਣ ਵਾਲੇ ਪਛਤਾਵੇ ਨਹੀਂ ਹੁੰਦੇ ਜਵਾਨੀ 'ਚ ਤਾਕਤ ਹੁੰਦੀ ਹੈ ਤੇ ਜਿੰਨਾ ਚਿਰ ਤਾਕਤ ਰਹਿੰਦੀ ਹੈ ਉਹਨਾਂ ਚਿਰ ਮਨੁੱਖ ਆਪਣੇ ਆਪ ਨੂੰ ਜਵਾਨ ਸਮਝਦਾ ਹੈ ਜਵਾਨੀ 'ਚ ਪਿਆਰ ਦਾ ਕੁਰਬਾਨੀ ਦਾ ਸੁਪਨਿਆਂ ਤੇ ਆਦਰਸ਼ਾਂ ਦਾ ਜ਼ੋਰ ਤੇ ਜੋਸ਼ ਹੁੰਦਾ ਹੈ ਕਮਜ਼ੋਰ ਨਾਪ ਸੋਹਣੇ ਹੁੰਦੇ ਹਨ ਨਾ ਹੀ ਕੋਈ ਉਹਨਾਂ ਨੂੰ ਸੋਹਣਾ ਲੱਗਦਾ ਜਦੋਂ ਉਮਰ ਜਵਾਨ ਹੋਵੇ ਸੋਚਾਂ ਵਿੱਚ ਆਦਰਸ਼ਵਾਦ ਹੋਵੇ ਤੇ ਜਜ਼ਬਿਆਂ ਦਾ ਸੇਖ ਹੋਵੇ ਤਾਂ ਸੋਹਣੇ ਲੋਕ ਹੀ ਮਿਲਦੇ ਹਨ ਜਾਨ ਜੋ ਮਿਲਦੇ ਹਨ ਉਹ ਸੋਹਣੇ ਲੱਗਦੇ ਹਨ ਸੋਹਣੇ ਹੋਣ ਵਿੱਚ ਨੈਣ ਨਕਸ਼ਾ ਦਾ ਯੋਗਦਾਨ ਬਹੁਤਾ ਨਹੀਂ ਹੁੰਦਾ ਬਹੁਤਾ ਯੋਗਦਾਨ ਸੁੰਦਰਤਾ ਤੇ ਪਿਆਰ ਦੇ ਰਸ ਹੱਸ ਵਿੱਚ ਹੁੰਦਾ ਹੈ ਮਿਲਣ ਵਾਲਾ ਆਨੰਦ ਇਸ ਰਸ ਹੱਸ ਵਿੱਚੋਂ ਉਪਜਦਾ ਹੈ ਸੋਹਣੇ ਤੇ ਪਿਆਰੇ ਹੋਣਾ ਹੀ ਕਾਫੀ ਨਹੀਂ ਹੁੰਦਾ ਸੁੰਦਰਤਾ ਤੇ ਪਿਆਰ ਦਾ ਰਹਾਸ ਉਪਜਣਾ ਵੀ ਜ਼ਰੂਰੀ ਲੋੜ ਹੈ ਚੰਨ ਦੀ ਰੋਸ਼ਨੀ ਚ ਰਹਾਸ ਹੁੰਦਾ ਹੈ ਇਸ ਰਹਾਸ ਕਰਣੀ ਚੰਨ ਸੋਹਣਾ ਲੱਗਦਾ ਹੈ ਅਸੀਂ ਆਪਣੇ ਪਿਆਰੇ ਨੂੰ ਪਿਆਰ ਨਹੀਂ ਕਰਦੇ ਉਹਦੇ ਰਹਾਸ ਨੂੰ ਪਿਆਰ ਕਰਦੇ ਹਾਂ ਰਹਾਸ ਉਹ ਹੈ ਜੋ ਸਾਡੀ ਪਕੜ ਚ ਨਹੀਂ ਆਉਂਦਾ ਇਸੇ ਲਈ ਪ੍ਰੇਮੀ ਇੱਕ ਦੂਜੇ ਬਾਰੇ ਕਿਆਸ ਲਾਉਂਦੇ ਰਹਿੰਦੇ ਹਨ ਤੇ ਰਹਾਸ ਨੂੰ ਪਕੜਨ ਲਈ ਉਤਾਵਲੇ ਹੁੰਦੇ ਰਹਿੰਦੇ ਹਨ ਇਹ ਰਹਾਸ ਅੰਦਰਲੇ ਗੁਣਾ ਨਾਲ ਉਪਜਦਾ ਹੈ ਸੋਚ ਸਮਝ ਕੇ ਕੀਤੇ ਪਿਆਰ ਸਵਾਰਥ ਤੋਂ ਪ੍ਰੇਰਿਤ ਹੁੰਦੇ ਹਨ ਇਸ ਲਈ ਉਹਨਾਂ ਵਿੱਚ ਇਹ ਰਹਾਸ ਨਹੀਂ ਹੁੰਦਾ ਇਸ ਰਹਾਸ ਨੂੰ ਹੀ ਆਦਰਸ਼ਵਾਦ ਕਹਿੰਦੇ ਹਨ ਪਿਆਰ ਆਦਰਸ਼ਵਾਦ ਦਾ ਖੇਤਰ ਹੈ ਜੇ ਰਹਾਸ ਜਾਂ ਅਦਰਸ਼ ਦੀ ਪੱਧਰ ਉੱਚੀ ਨਹੀਂ ਤਾਂ ਯਥਾਰਥ ਦੀ ਪੱਧਰ ਵੀ ਉੱਚੀ ਨਹੀਂ ਹੋ ਸਕਦੀ ਇਸ ਰਹਾਸ ਨੂੰ ਹੀ ਆਨੰਦ ਆਤਮਾ ਤੇ ਪਰਮਾਤਮਾ ਕਹਿੰਦੇ ਹਨ ਇਸ ਰਹਾਸ ਨਾਲ ਪਿਆਰ ਕਰਨ ਹੀ ਸੂਫੀ ਦਰਵੇਸ਼ਾਂ ਗੁਰੂਆਂ ਸੰਤਾਂ ਤੇ ਭਗਤਾਂ ਆਦ ਨੂੰ ਰਹਾਸਵਾਦੀ ਕਿਹਾ ਜਾਂਦਾ ਹੈ ਪਿਆਰ ਤੇ ਪਰਮਾਤਮਾ ਦਾ ਕੋਈ ਸਿਧਾਂਤ ਨਹੀਂ ਹੁੰਦਾ ਇਹ ਦੋਵੇਂ ਆਪਣੇ ਰਹਾਸ ਕਾਰਨ ਮਹੱਤਵਪੂਰਨ ਹੁੰਦੇ ਹਨ ਇਹਨਾਂ ਵਿੱਚ ਰਹਾਸ ਦੀ ਸਾਂਝ ਹੈ ਰਹਾਸ ਉਸ ਭੇਤ ਨੂੰ ਕਹਿੰਦੇ ਹਨ ਜਿਹਨੂੰ ਸਮਝਣ ਦਾ ਜਿੰਨਾ ਵਧੇਰੇ ਯਤਨ ਕੀਤਾ ਜਾਂਦਾ ਹੈ ਉਹ ਉਨਾਂ ਵਧੇਰੇ ਗੁੰਜਲਦਾਰ ਹੋ ਜਾਂਦਾ ਹੈ ਰਹਸ ਦਾ ਸਬੰਧ ਦਿਮਾਗ ਨਾਲ ਨਹੀਂ ਦਿਲ ਨਾਲ ਹੈ ਸਮਝ ਨਾਲ ਨਹੀਂ ਮਹਿਸੂਸ ਕਰਨ ਨਾਲ ਹੈ ਪਰਮਾਤਮਾ ਤੇ ਪਿਆਰ ਦੇਸੇ ਨਹੀਂ ਪਰ ਅਸੀਂ ਇਹਨਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਤੰਗਦੇ ਹਾਂ ਇਹੀ ਰਹਸ ਹੈ ਜੇ ਪਿਆਰ ਚ ਰਹਸ ਨਾ ਹੋਵੇ ਤਾਂ ਕਿਹਾ ਜਾਂਦਾ ਉਹ ਸੋਹਣਾ ਤਾਂ ਬੜਾ ਹੈ ਪਰ ਉਹ ਪਿਆਰੀ ਵਰਗਾ ਨਹੀਂ ਹੈ ਉਹਦੀ ਸੁੰਦਰਤਾ ਖਿੱਚ ਤਾਂ ਪਾਉਂਦੀ ਹੈ ਪਰ ਉਹ ਭਰੋਸੇਯੋਗ ਨਹੀਂ ਹੈ ਜਦੋਂ ਕੋਈ ਸੋਹਣਾ ਵੀ ਹੋਵੇ ਤੇ ਪਿਆਰਾ ਵੀ ਹੋਵੇ ਤਾਂ ਉਹਦੇ ਲਾਰੇ ਵੀ ਵਾਦੇ ਵਰਗੇ ਪ੍ਰਤੀਤ ਹੁੰਦੇ ਹਨ ਕਿਉਂਕਿ ਪਿਆਰਿਆਂ ਦੀਆਂ ਜਿਹੜੀਆਂ ਗੱਲਾਂ ਸਾਨੂੰ ਸੁਣਨ ਚ ਰਸ ਦਿੰਦੀਆਂ ਹਨ ਉਹ ਸੱਚੀਆਂ ਵੀ ਲੱਗਦੀਆਂ ਹਨ ਇਹ ਰਹਾਸ ਅਚਾਨਕ ਨਹੀਂ ਉਪਜਦਾ ਤੂੰ ਕਿੰਨੀ ਸੋਹਣੀ ਹੈ ਜਾਂ ਤੂੰ ਬੜਾ ਪਿਆਰਾ ਹੈ ਸੁਣਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਚੰਗੇ ਪਿਆਰੇ ਤੇ ਸੋਹਣੇ ਅਕਸਰ ਦੁੱਖ ਪਾਉਂਦੇ ਹਨ ਦੁੱਖ ਤਾਂ ਸਾਰੇ ਪਾਉਂਦੇ ਹਨ ਪਰ ਆਪਣੇ ਪਿਆਰਿਆਂ ਦਾ ਦੁੱਖ ਸਾਡਾ ਧਿਆਨ ਵਧੇਰੇ ਖਿੱਚਦਾ ਹੈ। ਸਾਨੂੰ ਪਿਆਰਾ ਕੋਈ ਕੋਈ ਲੱਗਦਾ ਹੈ ਜਦਕਿ ਬਹੁਤਿਆਂ ਨਾਲ ਸਾਡੀ ਜਾਣ ਪਛਾਣੀ ਹੁੰਦੀ ਹੈ। ਜਿਨ੍ਹਾਂ ਨਾਲ ਸਾਡੀ ਕੇਵਲ ਜਾਣ ਪਛਾਣ ਹੁੰਦੀ ਹੈ, ਉਹਨਾਂ ਦੇ ਦੁੱਖ ਸਾਨੂੰ ਦੁੱਖ ਨਹੀਂ, ਸਮੱਸਿਆਵਾਂ ਹੀ ਪ੍ਰਤੀਤ ਹੁੰਦੇ ਹਨ। ਦੁੱਖ ਪਿਆਰਿਆਂ ਦੀ ਚੰਗਿਆਈ ਨੂੰ ਦ੍ਰਿੜ ਕਰਦੇ ਹਨ। ਹੀਰੇ ਰਗੜ ਤੋਂ ਬਿਨਾਂ ਚਮਕਦੇ ਨਹੀਂ। ਰਗੜ ਹੀਰੇ ਲਈ ਦੁੱਖ ਹੈ। ਸੋਨਾ ਅੱਗ ਤੋਂ ਬਿਨਾ ਸ਼ੁੱਧ ਨਹੀਂ ਹੁੰਦਾ ਅੱਗ ਸੋਨੇ ਲਈ ਦੁੱਖ ਹੈ ਵਿਛੋੜੇ ਤੋਂ ਬਿਨਾ ਪਿਆਰ ਮਿੱਠਾ ਤੇ ਤਿੱਖਾ ਨਹੀਂ ਹੁੰਦਾ ਵਿਛੋੜਾ ਪ੍ਰੇਮੀ ਲਈ ਦੁੱਖ ਹੈ ਚੰਗੇ ਤੇ ਪਿਆਰੇ ਬੰਦੇ ਦੁੱਖਾਂ 'ਚੋਂ ਲੰਘ ਕੇ ਚੰਗੇ ਅਖਵਾਉਂਦੇ ਹਨ ਦੁੱਖ ਚੰਗੇ ਬੰਦਿਆਂ ਦਾ ਇਮਤਿਹਾਨ ਹੁੰਦੇ ਹਨ ਜੇ ਅੰਦਰ ਪਿਆਰ ਹੋਵੇ ਤਾਂ ਦੁੱਖਾਂ ਨਾਲ ਜੀਵਨ ਭੈੜਾ ਨਹੀਂ ਸਗੋਂ ਹੋਰ ਡੂੰਘਾ ਹੋ ਜਾਂਦਾ ਹੈ ਕਿਉਂਕਿ ਦੁੱਖ ਬਾਰੇ ਸਾਡਾ ਦ੍ਰਿਸ਼ਟੀਕੋਣ ਨਾ ਪੱਕੀ ਹੁੰਦਾ ਹੈ ਇਸ ਲਈ ਅਸੀਂ ਦੁਖੀ ਹੁੰਦੇ ਹਾਂ ਦੁੱਖਾਂ ਤੋਂ ਮੁਕਤ ਜੀਵਨ ਦੀ ਕੋਈ ਸੰਭਾਵਨਾ ਨਹੀਂ ਜਿਨ੍ਹਾਂ ਨੂੰ ਦੁੱਖਾਂ 'ਚੋਂ ਲੰਘਣਾ ਪੈਂਦਾ ਹੈ ਉਹ ਵਿਸ਼ਾਲ ਤੇ ਮਿੱਠੇ ਹੋ ਜਾਂਦੇ ਹਨ ਦੁੱਖਾਂ ਵਿੱਚੋਂ ਹੀ ਮਹਾਨ ਵਿਅਕਤੀਆਂ ਅਮਰ ਰਚਨਾਵਾਂ ਸਦਾ ਟੰਬਦੇ ਰਹਿਣ ਵਾਲੇ ਗੀਤਾਂ ਦਾ ਜਨਮ ਹੁੰਦਾ ਹੈ ਹਰ ਦੁੱਖ ਦਾ ਇੱਕ ਲਾਭਕਾਰੀ ਪੱਖ ਵੀ ਹੁੰਦਾ ਹੈ ਜੀਵਨ ਵਿੱਚ ਜੇ ਦੁੱਖ ਨਾ ਹੁੰਦੇ ਤਾਂ ਆਤਮਾ ਪਰਮਾਤਮਾ ਹਮਦਰਦੀ ਸਹਿਯੋਗ ਪਿਆਰ ਆਦਿ ਦੇ ਸੰਕਲਪ ਵੀ ਨਾ ਹੁੰਦੇ ਵਿਛੋੜੇ ਦਾ ਵੀ ਲਾਭ ਹੁੰਦਾ ਹੈ ਵਿਛੋੜੇ ਵਿੱਚ ਅਸੀਂ ਦੂਜੇ ਦੇ ਮਹੱਤਵ ਨੂੰ ਪਛਾਣਦੇ ਹਾਂ ਸੰਕਟ ਦਾ ਵੀ ਲਾਭ ਹੁੰਦਾ ਹੈ ਸੰਕਟ ਵਿੱਚ ਸਾਡੀ ਸੋਚਣ ਦੀ ਸਮਰੱਥਾ ਵੱਧਦੀ ਹੈ ਸੰਕਟ ਵਿੱਚ ਸੋਚਣਾ ਹੀ ਸੰਕਟ ਦਾ ਹੱਲ ਹੋ ਨਿਬੜਦਾ ਹੈ ਸੰਕਟ ਸਾਨੂੰ ਸਿਆਣਾ ਬਣਾ ਦਿੰਦੇ ਹਨ ਸੰਸਾਰ ਦਾ ਮਹਾਨ ਗਿਆਨ ਸੰਕਟਾਂ ਦੀ ਦੇਣ ਹੁੰਦਾ ਹੈ ਹਰ ਚੀਜ਼ ਦਾ ਮੁੱਲ ਉਹਦੇ ਵਿਰੋਧੀ ਸਥਿਤੀ 'ਚ ਜਾਗਦਾ ਹੈ ਜਿਵੇਂ ਭੋਜਨ ਦਾ ਮਹੱਤਵ ਭੁੱਖ ਵਿੱਚ ਪਾਣੀ ਦਾ ਮਹੱਤਵ ਪਿਆਸ ਵਿੱਚ ਤੇ ਆਰਾਮ ਦਾ ਮਹੱਤਵ ਥਕਾਵਟ ਵਿੱਚ ਜਾਗਦਾ ਹੈ ਪਿਆਰ ਵਿੱਚ ਦੋਹਾਂ ਤਰ੍ਹਾਂ ਦੇ ਇੱਕ ਹੋਣ ਦੇ ਅਹਿਸਾਸ ਨਾਲ ਸੰਕਟ ਤੇ ਮੁਸੀਬਤਾਂ ਸਹਿਣ ਦੀ ਹਿੰਮਤ ਵੱਧ ਜਾਂਦੀ ਹੈ ਤੇ ਸੰਕਟ ਤੇ ਮੁਸੀਬਤਾਂ ਹੀ ਸੋਹਣੀਆਂ ਤੇ ਪਿਆਰੀਆਂ ਯਾਦਾਂ ਬਣਦੀਆਂ ਹਨ ਅਸੀਂ ਅਤੀਤ ਦੀਆਂ ਯਾਦਾਂ ਨਾਲ ਭਵਿੱਖ ਦੀਆਂ ਮੁਸ਼ਕਲਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਜੇ ਪਿਆਰ ਸੱਚਾ ਰਿਹਾ ਹੋਵੇ ਤਾਂ ਵਿਛੜਨ ਮਗਰੋਂ ਵੀ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਸੰਪਰਕ 'ਚ ਰਹਿੰਦੀਆਂ ਹਨ ਤੇ ਇੱਕ ਦੂਜੇ ਦੀ ਜ਼ਿੰਦਗੀ ਨੂੰ ਸਿੰਜਦੀਆਂ ਰਹਿੰਦੀਆਂ ਹਨ ਸੋਹਣੀ ਇਸਤਰੀ ਨੂੰ ਵੇਖਣ ਜਾਂ ਪਿਆਰੇ ਪੁਰਸ਼ ਨੂੰ ਮਿਲਣ ਪਿੱਛੇ ਉਦੇਸ਼ ਸਵਰਗ ਦੀ ਝਲਕ ਵੇਖਣਾ ਹੁੰਦਾ ਹੈ ਖੂਚ ਅਸੀਂ ਪਾਣੀ ਨਹੀਂ ਡੁੰਗਾਈ ਵੇਖਦੇ ਹਾਂ प्यारे ਨੂੰ ਅਸੀਂ ਵੇਖਦੇ ਮਿਲਦੇ ਨਹੀਂ ਉਹ ਸੁੰਦਰ ਉਤਰਦੇ ਹਾਂ ਪਿਆਰੇ ਭਾਵਾਂ ਦੀ ਤਾਕਤ ਭੈਣਾ 'ਚ ਝਲਕਦੀ ਹੈ ਤੇ ਸੋਹਣੀਆਂ ਭੈਣਾ ਦੀ ਸੁੰਦਰਤਾ ਭਾਵਾਂ ਚੋਂ ਦਿਸਦੀ ਹੈ ਕਿਸੇ ਦੀ ਸੁੰਦਰਤਾ ਜਾਂ ਉਹਦਾ ਸਾਡੇ ਲਈ ਪਿਆਰ ਸਾਡੀ ਉਸ ਬਾਰੇ ਚੰਗੀ رائے ਉਸਾਰਨ ਚ ਸਹਾਇਕ ਹੁੰਦਾ ਹੈ ਸੋਹਣਿਆਂ ਨਾਲ ਸਾਰੇ ਸੰਬੰਧ ਉਸਾਰਨਾ ਚਾਹੁੰਦੇ ਹਨ ਹਰ ਕੋਈ ਉਹਨਾਂ ਨੂੰ ਉਡੀਕਦਾ ਹੈ ਉਹਨਾਂ ਨਾਲ ਨੇੜਤਾ ਸਾਨੂੰ ਆਪਣੀ ਅਕਲ ਤੇ ਰੁਤਬੇ ਦੇ ਉੱਚੇ ਹੋਣ ਦਾ ਅਹਿਸਾਸ ਕਰਾਉਂਦੀ ਹੈ। ਕਿਸੇ ਨੂੰ ਪਸੰਦ ਕਰਨਾ ਤੇ ਕਿਸੇ ਵੱਲੋਂ ਪਸੰਦ ਕੀਤੇ ਜਾਣਾ ਸਾਡੇ ਤੰਦਰੁਸਤ ਤੇ ਚੜ੍ਹਦੀ ਕਲਾ ਛੋਣ ਦਾ ਪਰਮਾਣ ਹੁੰਦਾ ਹੈ। ਜਦੋਂ ਕੋਈ ਸਾਨੂੰ ਝਾੜ ਪਾਉਂਦਾ ਹੈ ਤਾਂ ਸਾਡੇ ਆਪਣੇ ਸਰੀਰ ਤੇ ਆਪਣੇ ਆਪ ਬਾਰੇ رائے ਨੀਵੀਂ ਹੋ ਜਾਂਦੀ ਹੈ ਤੇ ਅਸੀਂ ਆਪਣੇ ਆਪ ਨੂੰ ਕਰੂਪ ਸਮਝਣ ਲੱਗ ਪੈਂਦੇ ਹਾਂ। ਪਰ ਜਦੋਂ ਕੋਈ ਪਿਆਰ ਜਾਂ ਸਤਕਾਰ ਦਿੰਦਾ ਹੈ ਤਾਂ ਸਾਨੂੰ ਆਪਣੇ ਸੋਹਣੇ ਹੋਣ ਦਾ ਅਹਿਸਾਸ ਹੁੰਦਾ ਹੈ। ਪੁਰਸ਼ਾਂ ਦੇ ਪ੍ਰਸ਼ੰਸਾਮਈ ਧਿਆਨ ਨਾਲ ਉਦਾਸ ਤੇ ਥੱਕੀਆਂ ਹੋਈਆਂ ਇਸਤਰੀਆਂ ਵੀ ਸੋਹਣੀਆਂ ਤੇ ਚੁਸਤ ਹੋ ਜਾਂਦੀਆਂ ਹਨ ਸੱਚੇ ਪਿਆਰ ਨਾਲ ਦਿਲ ਜਵਾਨ ਤੇ ਹੌਸਲਾ ਬੁਲੰਦ ਰਹਿੰਦਾ ਹੈ ਸੋਹਣੀ ਇਸਤਰੀ ਨੂੰ ਵੇਖ ਕੇ ਹਰ ਦਿਲ ਵਾਲੇ ਜਿਉਂਦੇ ਪੁਰਸ਼ ਨੂੰ ਆਪਣੀ ਉਮਰ 20 ਸਾਲ ਘੱਟ ਗਈ ਪ੍ਰਤੀਤ ਹੁੰਦੀ ਹੈ ਧੰਨਵਾਦ ਚਲਦਾ